ਆ ਮਿਊਜ਼ਿਕ ਆ ਜਾਓ ਸਾਰੇ ਇੱਥੋਂ ਥੇ ਲੋ ਵੇਖ ਤੱਕ ਕੇ ਲੇਕਿਨ ਜੁੱਤੀ ਸਲਿੱਪ ਹੋਏ ਨਾ ਤੇ ਉਹ ਤੇ ਥੱਲੇ ਜਾ ਕੇ ਸਾਡੀ ਬ੍ਰੇਕ ਲੱਗ ਜਾ ਠੀਕ ਠਾਕ ਪਹਿਲੀ ਗੱਲ ਇਹ ਅਗਰ ਸਾਡਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਜਿਹੜਾ ਨਾ ਸਬਸਕ੍ਰਾਈਬ ਕਰ ਦਿਓ ਤਾਂ ਸਾਡੀ ਜਿਹੜੀ ਡੇਲੀ ਦੀ ਮੁਲਾਕਾਤ ਹੈ ਨਾ ਉਹ ਐਵੇਂ ਮਿਸ ਮੁਸ ਨਾ ਹੋ ਜਾਵੇ। ਸੁਬਹ ਦਾ ਟਾਈਮ ਹੈ ਤੇ ਮਾਸ਼ਾਅੱਲਾ ਬੱਦਲ ਬਹੁਤ ਹੀ ਪਿਆਰੇ ਲੱਗ ਰਹੇ ਨੇ ਕਿਉਂਕਿ ਰਾਤ ਨਾ ਸਾਡੇ ਕੋਲ ਹੋਈ ਹੈ ਨਾਰਮਲ ਨਾਰਮਲ ਬਾਰਿਸ਼ ਤੇ ਬਹੁਤ ਹੀ ਪਿਆਰਾ ਵਿਊ ਨਜ਼ਰ ਆ। ਸੁਬਹ ਬਾਈ ਜਾਨ ਮੈਂ ਕਾਲ ਕੀਤੀ ਬਾਈਰਾਂ ਤੇ ਬਾਈਰ ਆ ਗਏ ਨੇ ਪਹੁੰਚ ਆਏ ਨੇ ਬਾਈਕ ਦੇ ਉੱਤੇ ਤੇ ਹੁਣ ਅਸੀਂ ਜਾਵਾਂਗੇ ਬਾਰ ਪੀਰ ਨੋ ਗਜ਼ੀਆ ਸਰ। ਰਸਤੇ ਵਿੱਚ ਅਸੀਂ ਆਏ ਸਾਂ ਤੇ ਇੱਕ ਸਾਨ ਕਬਰ ਨਜ਼ਰ ਆਈ ਹੈ ਤੇ ਬਹੁਤ ਹੀ ਵੱਡੀ ਕਬਰ ਹੈ। ਇਹ ਵੇਖ ਲਓ ਤੁਸੀਂ ਇਹ ਉਹ ਤੋਂ ਸ਼ੁਰੂ ਵੀ ਹੁੰਦੀ ਹੈ ਇਹ ਇਹ ਬੜਾ ਜੇ ਇਹਦਾ ਫਰੰਟ ਠੀਕ ਹੈ ਅਤੇ ਬਾਕੀ ਵੇਖ ਲਓ ਕਿ ਕਿੱਥੇ ਤੱਕ ਹੈ ਤਕਰੀਬਨ 9 ਗਜ਼ ਬਾਹਰੋਂ ਨਾ ਮੈਨਸ਼ਨ ਕੀਤਾ ਕਿ 9 ਗਜ਼ ਦੀ ਇਹ ਕਵਰ ਹੈ। ਪੁਰਾਣੇ ਜ਼ਮਾਨੇ ਵਿੱਚ ਅਕਸਰ ਸੁਣਿਆ ਸੀ ਕਿ 9 ਗਜ਼ ਦੇ ਬੰਦੇ ਹੁੰਦੇ ਨੇ 9 ਗਜ਼ੀਏ ਹੁੰਦੇ ਨੇ ਲੇਕਿਨ ਕੋਈ ਪਤਾ ਨਹੀਂ ਸੀ ਕੋਈ ਯਕੀਨ ਨਹੀਂ ਸੀ ਅਤੇ ਇਹ ਰਸਤੇ ਵਿੱਚ ਕਬਰ ਵੇਖੀ ਹੈ ਅਤੇ ਵਾਕਈ ਕਬਰ 9 ਗਜ਼ ਦੀ ਹੈ ਅਤੇ ਇਸ ਤੋਂ ਇਹ ਫੀਲ ਹੋ ਰਿਹਾ ਕਿ ਵਾਕਈ 9 ਗਜ਼ ਦੇ ਬੰਦੇ ਹੋਣਗੇ ਪਹਿਲਿਆਂ ਜ਼ਮਾਨਿਆਂ ਵਿੱਚ ਤੇ ਇਹ ਵੇਖ ਕੇ ਥੋੜਾ ਥੋੜਾ ਯਕੀਨ ਹੈ। ਉਸ ਸੁਬਹ ਦਾ ਟਾਈਮ ਇਹਨਾਂ ਤੇ ਬੱਦਲ ਵੀ ਬਣਿਆ ਬਾਰਿਸ਼ ਵੀ ਹੋਈ ਹੈ ਤੇ ਮਾਸ਼ਾਅੱਲਾ ਬਹੁਤ ਹੀ ਪਿਆਰਾ ਸੀ ਨਜ਼ਰ ਆ ਰਿਹਾ ਫਸਲਾਂ ਦੇ ਉੱਤੇ ਉੱਤੋਂ ਜਿਹੜਾ ਨਾ ਬਹੁਤ ਹੀ ਕਮਾਲ ਲੱਗ ਰਿਹਾ। ਇਹ ਜੀ ਅਸੀਂ ਨਿਕਲ ਆਏ ਹਾਂ ਸਾਰੇ ਦੋਸਤ ਗੱਡੀ ਤੇ ਬਹਿ ਕੇ ਆਪਣੇ ਰਾਸਤੇ ਦੇ ਉੱਤੇ ਤੇ ਮਾਸ਼ਾਅੱਲਾ ਬਹੁਤ ਹੀ ਪਿਆਰਾ ਸੀਨ ਹੈ ਬਹੁਤ ਹੀ ਪਿਆਰਾ ਵਿਊ ਹੈ ਤੇ ਰੋਡ ਵੀ ਨਵਾਂ ਨਵਾਂ ਹੀ ਬਣਿਆ। ਇਹ ਉਹ ਵਾਲਾ ਪੁਲ ਹੈ ਜੀ ਜਿੱਥੋਂ ਐਂਟਰੀ ਹੁੰਦੀ ਜੇ ਸਾਡੀ ਮੀਰਪੁਰ ਉਹ ਸਾਹਮਣੇ ਮੀਰਪੁਰ ਦਾ ਬੋਰਡ ਹੈ ਨਾ ਜਿਹੜਾ ਉਹ ਬਿਲਕੁਲ ਹੀ ਨਜ਼ਰ ਨਜ਼ਦੀਕ ਨਜ਼ਦੀਕ ਆ ਰਿਹਾ ਉਹ ਸਾਹਮਣੇ ਜਿਹੜੀ ਪਹਾੜੀ ਉੱਥੇ ਜਿਹੜਾ ਨਾ ਮੀਰਪੁਰ ਦਾ ਬੋਰਡ ਜਿਹੜਾ ਨਾ ਨਜ਼ਰ ਆ ਰਿਹਾ ਅਤੇ ਇਹ ਪੋਲੇ ਦੇ ਥੱਲੇ ਪਾਣੀ ਬਹੁਤ ਜ਼ਿਆਦਾ ਸਪੀਡ ਨਾਲ ਜਾਂਦਾ ਜਿਹੜਾ ਪਾਣੀ ਡੈਮ 'ਚੋਂ ਨਿਕਲਦਾ ਨਾ ਉਹ ਇਸ ਪੁਲ ਦੇ ਥੱਲੇ ਉਹ ਨਿਕਲ ਕੇ ਬਹੁਤ ਹੀ ਸਪੀਡ ਨਾਲ ਅੱਗੇ ਜਾਂਦਾ ਮੁਖਤਲਿਫ ਇਲਾਕਿਆਂ ਵਿੱਚ ਜਿਹੜਾ ਨਾ ਉਹ ਫੈਲ ਜਾਂਦਾ ਵੇ ਉਹ ਅੱਗੇ ਤੁਹਾਨੂੰ ਨਜ਼ਰ ਆ ਰਿਹਾ ਵੇ ਜਿਹੜਾ ਨਾ ਦਾਇਰਾ ਟੈਪ ਬਣਿਆ ਵੇ ਉੱਥੇ ਜਿਹੜਾ ਨਾ ਐਂਟਰੀ ਹੁੰਦੀ ਹੈ ਮੀਰਪੁਰ ਸਿਟੀ ਵਿੱਚ ਆਜ਼ਾਦ ਕਸ਼ਮੀਰ ਵਿੱਚ। ਇਹ ਜੀ ਮੇਨ ਗੇਟ ਆ ਗਿਆ ਮੀਰਪੁਰ ਇੰਟਰ ਹੋਣੇ ਕਾ ਤਾਂ ਅੱਗੇ ਸਿਕਿਉਰਟੀ ਵਗੈਰਾ ਬਹੁਤ ਜ਼ਿਆਦਾ ਵੇਖ ਲਓ ਤੁਸੀਂ ਬੋਰਡ ਵੀ ਨਜ਼ਰ ਆ ਰਿਹਾ ਤਵਾਨਾ ਅਤੇ ਇੱਥੋਂ ਅਸੀਂ ਜਾਵਾਂਗੇ ਲੈਫਟ ਸਾਈਡ 'ਤੇ ਇਸ ਰੋਡ 'ਤੇ। ਇਹ ਜੀ ਅਸੀਂ ਆ ਕੇ ਦੀਵਾਰ ਦੇ ਬਿਲਕੁਲ ਹੀ ਕਰੀਬ ਹੈ ਤੁਹਾਨੂੰ ਦੀਵਾਰ ਬਹੁਤ ਹੀ ਪਿਆਰੀ ਨਜ਼ਰ ਆ ਰਹੀ ਹੈ ਹਰ ਸਾਈਡ 'ਤੇ ਆ ਵੇਖ ਲਓ ਪੱਥਰ ਹੀ ਪੱਥਰ ਲੱਗਿਆ ਅਤੇ ਬਹੁਤ ਹੀ ਮਾਸ਼ਾਅੱਲਾ ਉੱਚੀ ਦੀਵਾਰ ਹੈ ਅਤੇ ਇਹਦੇ ਉੱਤੇ ਜਿਹੜਾ ਨਾ ਰੋਡ ਹੈ ਤੁਸੀਂ ਵੇਖ ਸਕਦੇ ਹੋ ਬਹੁਤ ਹੀ ਜ਼ਿਆਦਾ ਬਜ ਰਹੀ ਹੈ ਅਤੇ ਅੱਗੇ ਆ ਕੇ ਜੀ ਝੂਲੇ ਵਗੈਰਾ ਪਾਰਕ ਵਗੈਰਾ ਜਿਹੜਾ ਨਾ ਬਹੁਤ ਹੀ ਪਿਆਰੇ ਮਾਸ਼ਾਅੱਲਾ ਇਹਨਾਂ ਬਣਾਏ ਨੇ ਟੈਬਲ ਵਗੈਰਾ ਲੱਗਿਆ ਲੇਕਿਨ ਪਾਰਕ ਵਿੱਚ ਲੱਗੀ ਆਵੇ। ਇਹ ਆ ਗਿਆ ਜੀ ਮੀਰਪੁਰ ਸਿਟੀ ਦਾ ਤਿਆਰਾ ਇਹ ਚੌਕ ਵਿੱਚ ਤਿਆਰਾ ਹਮੇਸ਼ਾ ਖੜਿਆ ਅਤੇ ਬਹੁਤ ਫੇਮਸ ਹੈ ਅਤੇ ਇਹ ਜੀ ਅੱਗੇ ਆ ਗਿਆ ਜੀ ਡੈਮ ਦੇ ਉੱਤੇ ਵਾਲਾ ਵਿਊ ਜਿਹੜਾ ਨਾ ਤੁਹਾਨੂੰ ਨਜ਼ਰ ਆ ਰਿਹਾ ਮਾਸ਼ਾਅੱਲਾ ਐਡਾ ਮਾੜਾ ਸੀਨ ਵੀ ਨਹੀਂ ਹੈ ਕਾਫੀ ਪਿਆਰਾ ਸੀਨ ਲੱਗ ਰਿਹਾ ਕਿਉਂਕਿ ਅਸੀਂ ਜਿਹੜਾ ਨਾ ਇੱਥੇ ਫਸਟ ਟਾਈਮ ਹੀ ਆਏ ਹਾਂ ਉਹ ਸਾਹਮਣੇ ਜਿਹੜਾ ਵਾਟਰ ਨਜ਼ਰ ਆ ਰਿਹਾ ਅਤੇ ਅੱਗੇ ਪਹਾੜ ਨੇ ਵਾਹਵਾ ਸਰ ਸਬਜ਼ਾ ਗੰਦਮ ਵਗੈਰਾ ਕਾਸ਼ਤ ਹੋਈ ਹੈ ਅਤੇ ਕਮਾਲ ਹੀ ਸੀਨ ਲੱਗ ਰਿਹਾ ਮੇਰੇ ਹਿਸਾਬ ਨਾਲ ਅਤੇ ਬਾਕੀ ਤੁਸੀਂ ਆਪਣੇ ਹਿਸਾਬ ਨਾਲ ਵੇਖ ਕੇ ਦੱਸ ਦਿਓ। ਅਸੀਂ ਇਸ ਵਕਤ ਖੜੇ ਹਾਂ ਇੱਕ ਬਹੁਤ ਹੀ ਜਿਹੜਾ ਨਾ ਉੱਚੇ ਜਿਹੇ ਪੁਲ ਉੱਤੇ ਆ ਵੇਖ ਲਓ ਥੱਲੇ ਤੁਹਾਨੂੰ ਡੇਰੇ ਵਗੈਰਾ ਨਜ਼ਰ ਆ ਰਹੇ ਨੇ ਇਹ ਆਬਾਦੀਆਂ ਜਿਹੜੀਆਂ ਨਾ ਇਹ ਪੁਲ ਤੋਂ ਥੱਲੇ ਨਜ਼ਰ ਆ ਰਹੀਆਂ ਨੇ ਅਤੇ ਬਾਕੀ ਦੋਸਤ ਅਹਬਾਬ ਜਿਹੜਾ ਨਾ ਵਿਜ਼ਿਟਿੰਗ ਪੁਆਇੰਟ ਸਰਚ ਕਰ ਰਹੇ ਨੇ ਅਤੇ ਵੇਖ ਰਹੇ ਨੇ ਕਿ ਕਿਹੜੀ ਜਗ੍ਹਾ 'ਤੇ ਜਿਹੜਾ ਨਾ ਅਸੀਂ ਵਿਜ਼ਿਟ ਡੈਮ ਦੇ ਜਿਹੜਾ ਪੁਲ ਨਾ ਪੁਲ ਦੇ ਥੱਲਿਓ ਜਨਾਬੇ ਵਾਲਾ ਜਾ ਰਿਹਾ ਜੀ ਰੋਡ ਉਹ ਪੁਲ ਜਿਹੜਾ ਨਾ ਉਹ ਅੱਗੋਂ ਟੋ ਜਿਹੜਾ ਨਾ ਟੁੱਟੇ ਆਵੇ ਅਤੇ ਇਹ ਜਿਹੜਾ ਨਾ ਰੋਡ ਕੀ ਆਖਦੇ ਹੋ ਕਿਤੇ ਜਾਣ ਦੀ ਸਲਾਹ ਹੈ ਪਿੱਛੇ ਚਲਦੇ ਆ ਉੱਥੇ ਉਸ ਪੁਆਇੰਟ ਤੇ ਉਹ ਜਿੱਥੇ ਤੇ ਕਿੱਥੇ ਵਾਹ ਕੋਈ ਨਹੀਂ ਚਲੀ ਇੱਕਦਾਂ ਹੀ ਹੋਇਆ ਐਕਸਟ ਰਾਈਟ ਵਰਸ ਤੋਂ ਕੰਨ ਨਹੀਂ ਚੜਦਾ ਪਿਆ ਉਹ ਬੰਦੇ ਵੀ ਤੇ ਉਹਨੇ ਬੈਠ ਚਲੋ ਯਾਰ ਕਿਸੇ ਹੋਰ ਪੁਆਇੰਟ ਤੇ ਚਲੀਏ ਇੱਥੇ ਸਵਾਦ ਜਿਹੜਾ ਨਾ ਕੋਈ ਨਹੀਂ ਇਹ ਪੁਆਇੰਟ ਜਿਹੜਾ ਨਾ ਤਕਰੀਬਨ ਵੇਸਟ ਹੀ ਲੱਗ ਰਿਹਾ ਆਵੇ।
ਤੇ ਗਰਮੀ ਵੀ ਹੋ ਗਈ ਵਾਹ ਵਾਹ ਕਾਫੀ ਤੇ ਅਸੀਂ ਜਾ ਰਹੇ ਹਾਂ ਕੋਈ ਹੋਰ ਜਗ੍ਹਾ ਜਿਹੜਾ ਨਾ ਮੀਰਪੁਰ ਵਿੱਚ ਅਸੀਂ ਸਰਚ ਕਰਨੇ ਆ ਜਿੱਥੇ ਜਾ ਕੇ ਜਿਹੜਾ ਨਾ ਬੰਦਾ ਇੰਜੋਏ ਬਾਕੀ ਆ ਮੈਂ ਤੁਹਾਨੂੰ ਵਿਖਾ ਰਿਹਾ ਕਿ ਸਾਰਾ ਇਲਾਕਾ ਜਿਹੜਾ ਇਹ ਡੈਮ ਦਾ ਇਲਾਕਾ ਠੀਕ ਹੋ ਗਿਆ ਇਹ ਹੋ ਗਿਆ ਚਲੋ ਚਲੋ ਨਿਕਲੋ ਨਸੋ ਇੱਥੋਂ ਨਸੋ ਹੈ ਅਗਾਓ ਯਾਰ ਵਿੱਚ ਹੀ ਲੈ ਆ ਹੋਰ ਕੋ ਫਾਲ ਲਗਾ ਯਾਰ ਮੈਂ ਲਾਜ਼ੀ ਫਰਨ ਤੂੰ ਫਾਦ ਰਿਹਾ ਵੇ ਕਿਉਂ ਲੈ ਆਉਂਦੇ ਹੋ ਇੱਥੇ ਸਾਰੀ ਆਵਾਮ ਜੀ ਟੁਰ ਗਈ ਹੈ ਕੁਲਫੀਆਂ ਖਾਣ ਬਾਹਰ ਜਿਹੜਾ ਨਾ ਤੇ ਮੈਂ ਵੀ ਜਾ ਰਿਹਾ ਵੇਖਨੇ ਆ ਕਿ ਕੁਲਫੀਆਂ ਕਿਵੇਂ ਦੀਆਂ ਨੇ ਸਾਹਿਬ ਕੀ ਇਸ਼ੂ ਬਣ ਗਿਆ ਫਰਾ ਦਿਓ ਕੋਈ ਅੱਛੀ ਜੀ ਜਗ੍ਹਾ ਦੱਸੋ ਜਿੱਥੇ ਕੋਈ ਵਿਊ ਹੋਵੇ ਸੈਰ ਸੂਰ ਕਰਨੀ ਹੋਵੇ ਆ ਜੀ ਅਸੀਂ ਕੁਲਫੀਆਂ ਸ਼ੁਲਫੀਆਂ ਖਾ ਪੀ ਕੇ ਨਿਕਲ ਗਏ ਅਤੇ ਇੱਕ ਸਾਈਡ ਦਾ ਵਿਊ ਮਾਸ਼ਾਅੱਲਾ ਬਹੁਤ ਹੀ ਪਿਆਰਾ ਲੱਗ ਰਿਹਾ ਵੇ ਅਤੇ ਇਹ ਪਾਣੀ ਜਿਹੜਾ ਨਾ ਬਹੁਤ ਹੀ ਮਾਹੌਲ ਬਣਾ ਰਿਹਾ ਵੇ ਅਤੇ ਬਹੁਤ ਹੀ ਜਿਹੜਾ ਨਾ ਅਸੀਂ ਇੰਜੋਏ ਕਰ ਰਹੇ ਹਾਂ ਜੋ ਕਿ ਇਹ ਮੰਗਲਾ ਡੈਮ ਹੈ ਤੁਹਾਨੂੰ ਆਲਰੇਡੀ ਦੱਸ ਚੁੱਕੇ ਹਾਂ ਅਤੇ ਇਹ ਵੇਖ ਲਓ ਤੁਸੀਂ ਜਿਹੜਾ ਨਾ ਰੋਡ ਜਾ ਰਿਹਾ ਜੀ ਬਿਲਕੁਲ ਉਹ ਦੀਵਾਰ ਦੇ ਉੱਤੇ ਜਿਹੜੀ ਪਹਿਲੇ ਤੁਹਾਨੂੰ ਥੱਲਿਓਂ ਖਾਈ ਕਾਫੀ ਜ਼ਿਆਦਾ ਜਿਹੜਾ ਨਾ ਜ਼ਲੀਲ ਹੋਣੇ ਦੇ ਬਾਅਦ ਸਨ ਜਿਹੜਾ ਨਾ ਇੱਕ ਛੋਟਾ ਜਿਹਾ ਪਾਰਕ ਲੱਭਿਆ ਜੋ ਕਿ ਆਵਾਮ ਕਹਿ ਰਹੀ ਹੈ ਬਹੁਤ ਮਸ਼ਹੂਰ ਪਾਰਕ ਲੇਕਿਨ ਇੱਥੇ ਗੱਲਬਾਤ ਸਨ ਕੋਈ ਨਹੀਂ ਮਹਿਸੂਸ ਹੋ ਰਹੀ ਚਲੋ ਬਕਾਇਦਾ ਜਾ ਕੇ ਵੇਖਦੇ ਹਾਂ ਕਿ ਮਾਸ਼ਾਅੱਲਾ ਬਹੁਤ ਹੀ ਜਿਹੜਾ ਨਾ ਇੱਥੇ ਪਿਆਰਾ ਵਿਊ ਲੱਗ ਰਿਹਾ ਅਤੇ ਕਾਫੀ ਜ਼ਿਆਦਾ ਆਵਾਮ ਦੀ ਚਹਿਲ ਪਹਿਲ ਅਤੇ ਸੜਕ ਉੱਤੇ ਬਹੁਤ ਹੀ ਜ਼ਿਆਦਾ ਰਸ਼ ਨਜ਼ਰ ਆ ਰਿਹਾ ਤਾਂ ਸਾਨੂੰ ਇਹ ਫੀਲ ਹੋਇਆ ਸੀ ਕਿ ਇੱਥੇ ਕੋਈ ਗੱਲਬਾਤ ਨਹੀਂ ਲੇਕਿਨ ਹੁਣ ਥੋੜ੍ਹਾ ਥੋੜ੍ਹਾ ਫੀਲ ਹੋ ਰਿਹਾ ਕਿ ਵਾਕਈ ਜਿਹੜਾ ਨਾ ਅਸੀਂ ਕਿਸੇ ਬੰਦੇ ਕੋਲੋਂ ਪੁੱਛ ਕੇ ਅਤੇ ਇਸ ਲੋਕੇਸ਼ਨ 'ਤੇ ਪਹੁੰਚੇ ਹਾਂ ਅਤੇ ਚਲੋ ਵੇਖਦੇ ਹਾਂ ਇੱਥੇ ਅਸੀਂ ਚੜਾਂਗੇ ਬਹੁਤ ਹੀ ਪਥਰੀਲੀ ਤੇ ਟਫ ਰਸਤਾ ਆਉਣਾ ਇਹਦੇ ਉੱਤੇ ਜਾਣਾ ਤੇ ਬਾਕੀ ਜਿਹੜਾ ਨਾ ਵਿਊ ਦੂਸਰੀ ਸਾਈਡ ਜਾ ਕੇ ਵੇਖਣਾ ਕੀ ਵਿਊ ਹੈ ਗਰਮੀ ਜਿਹਨਾਂ ਪਹਿਲਾਂ ਬਹੁਤ ਜ਼ਿਆਦਾ ਸੀ ਇਸ ਵਜ੍ਹਾ ਤੋਂ ਅਸੀਂ ਫੁੱਲ ਇੰਜੋਏ ਨਹੀਂ ਕਰ ਰਹੇ ਜਾ ਰਹੇ ਹਾਂ ਘਰ ਵਾਪਸ ਤੇ ਛੋਟਾ ਜਿਹਾ ਵਿਊ ਵੇਖ ਕੇ ਛੋਟਾ ਜਿਹਾ ਸ਼ਾਟ ਵੇਖ ਕੇ ਚਲੋ ਦੂਸਰੀ ਸਾਈਡ ਜਾ ਕੇ ਵੇਖਣਾ ਕੀ ਆ ਮਿਜ਼ੀ ਜਾ ਜਾਓ ਆ ਜਾਓ ਸਾਰੇ ਇੱਥੋਂ ਥੱਲੇ ਵੇਖ ਤਾਂ ਕੇ ਲੇਕਿਨ ਜੁੱਤੀ ਸਲਿੱਪ ਹੋਏ ਨਾ ਤੇ ਉਹ ਤਾਂ ਥੱਲੇ ਜਾ ਕੇ ਸਾਡੀ ਬ੍ਰੇਕ ਲੱਗਣੀ ਹੈ ਪਾਜ ਕਿਉਂ ਪਾਜ ਲਓ ਜੀ ਆ ਗਿਆ ਵਿਊ ਦੀਵਾਰ ਦੀ ਦੂਸਰੀ ਸਾਈਡ ਦਾ ਇਸ ਸਾਈਡ ਤੋਂ ਲੱਗਦਾ ਕਿ ਪਤਾ ਨਹੀਂ ਦੂਸਰੀ ਸਾਈਡ ਤੇ ਕੀ ਹੋਣਾ ਵੇ ਬਹੁਤ ਵੱਡੀ ਦੀਵਾਰ ਹੈ ਇਹਦੇ ਉੱਤੇ ਰੋਡ ਬਣੇ ਆ ਇਹ ਵੇਖ ਲਓ ਆਵਾਮ ਜਿਹੜਾ ਨਾ ਆ ਰਹੀ ਹੈ ਅਤੇ ਇਸ ਸਾਈਡ ਦਾ ਪਾਣੀ ਅੱਜ ਕੱਲ੍ਹ ਬਾਰਿਸ਼ਾਂ ਦਾ ਮੌਸਮ ਨਹੀਂ ਇਸ ਵਜ੍ਹਾ ਤੋਂ ਜਿਹੜਾ ਡੈਮ ਹੈ ਨਾ ਉਹ ਹੁਸ਼ਕੇ ਅਤੇ ਸੁੱਕੇ ਜਾਵੇ ਅਸਲਾਮ ਵਾਲੇਕਮ ਦੋਸਤੋ ਉਮੀਦ ਕਰਤਾ ਹੂੰ ਸਭ ਲੋਕ ਖੈਰ ਖਰੀਆ ਸੇ ਹੋਗੇ ਜਿਸਨੇ ਅਭੀ ਤੱਕ ਸਦਾਮ ਅਲੀ ਵਲੌਗਸ ਕੋ ਸਬਸਕ੍ਰਾਈਬ ਨਹੀਂ ਕੀਤਾ ਉਹ ਜਲਦੀ ਸੇ ਇਸਕੇ ਚੈਨਲ ਕੋ ਸਬਸਕ੍ਰਾਈਬ ਕਰੇ ਲਾਈਕ ਕਰੇ ਔਰ ਸ਼ੇਅਰ ਕਰੇ ਵਾਹ ਵਾਹ ਮਾਸ਼ਾਅੱਲਾ ਮਾਨਾ ਵਿਊ ਅਸੀਂ ਲੈ ਕੇ ਅਤੇ ਹੁਣ ਜਨਾਬੇ ਵਾਲਾ ਵਾਪਸ ਆ ਰਹੇ ਹਾਂ ਆਪਣੀ ਗੱਡੀ ਵਿੱਚ ਠੀਕ ਹੋ ਗਿਆ ਕਿਉਂਕਿ ਗਰਮੀ ਬਹੁਤ ਇੱਥੋਂ ਗੁਜ਼ਰਨਾ ਬਹੁਤ ਮੁਸ਼ਕਲ ਹੈ ਉਹਨਾਂ ਇਸ ਵਾਸਤੇ ਰੱਖਿਆ ਨੇ ਕਿ ਕੋਈ ਗੱਡੀ ਅੱਗੇ ਨਾ ਜਾਏ ਸੇਫਟੀ ਵਾਸਤੇ ਇਹ ਜੀ ਬਹੁਤ ਜ਼ਿਆਦਾ ਸਫ਼ਰ ਦੇ ਬਾਅਦ ਅਸੀਂ ਪਹੁੰਚਿਆ ਜੀ ਕਿਲ੍ਹਾ ਅਰਦਾਸ ਐਤਵਾਰ ਕਿਲ੍ਹੇ ਅਰਦਾਸ ਦੀਆਂ ਦੀਵਾਰਾਂ ਨਜ਼ਰ ਆ ਰਹੀਆਂ ਨੇ ਮਾਸ਼ਾਅੱਲਾ ਬਹੁਤ ਹੀ ਵੱਡੀਆਂ ਵੱਡੀਆਂ ਦੀਵਾਰਾਂ ਨਜ਼ਰ ਆ ਰਹੀਆਂ ਨੇ ਅਤੇ ਇਹ ਸਾਹਮਣੇ ਜੀ ਜਿਹੜਾ ਅਸੀਂ ਜਾ ਰਹੇ ਹਾਂ ਕਿਲ੍ਹਾ ਅਰਦਾਸ ਦੀ ਤਰਫ ਹੀ ਅਤੇ ਇਹ ਕਬਰਿਸਤਾਨ ਹੈ ਇੱਥੇ ਬਹੁਤ ਹੀ ਪਿਆਰਾ ਅੱਗੇ ਰਸਤਾ ਆ ਰਿਹਾ ਤੁਵਾਨੇ ਕਿਲ੍ਹਾ ਅਰਦਾਸ ਦਾ ਅੰਦਰੂਨ ਰਸਤਾ ਗੱਡੀ ਛੱਡੀ ਬੰਦਾ ਹੈਗਾ ਲੈ ਕੇ ਜਾ ਸਕਦਾ ਵੇਖੋ ਅਸੀਂ ਆਪਣੀ ਗੱਡੀ ਹੈਗਾ ਲੈ ਰਿਹਾ ਬਹੁਤ ਸਾਰੀ ਆਵਾਮ ਉੱਥੇ ਗੱਡੀ ਖੜੀ ਕੀਤੀ ਸੀ ਅੱਗੇ ਇਹ ਰਸਤਾ ਹੈ ਅਜੀਬ ਜਿਹੀਆਂ ਗਲੀਆਂ ਨੇ ਕਿਲ੍ਹੇ ਦੀਆਂ ਛੋਟੀਆਂ ਛੋਟੀਆਂ ਤੇ ਹੈ ਸੀੜੀਆਂ ਜੇ ਹੈ ਇੱਥੇ ਜੀ ਨਹੀਂ ਅੱਗੇ ਦਰਬਾਰ ਹੈ ਨਾ ਤੇ ਉੱਤੇ ਹੀ ਚਾਹੀਦਾ ਯਾਰ ਹੋਰ ਕਿਤੇ ਜਾਣਾ ਤੇ ਚਲੋ ਆ ਜਾ ਇਹ ਜੀ ਆ ਗਿਆ ਦਰਬਾਰ ਮਾਸ਼ਾਅੱਲਾ ਕਿਹੜਾ ਦਰਬਾਰ ਨਹੀਂ ਸਹੇਲ ਹਾਂ ਗਾਜ਼ੀ ਤਾਰੀਖ ਵਫਾਤ ਕਿਹੜਾ 5 ਮਈ 1557 ਵਾਹ ਵਾਹ ਬਹੁਤ ਅੱਗੇ ਜੀ ਮਾਸ਼ਾਅੱਲਾ ਬਹੁਤ ਹੀ ਉੱਚੀਆਂ ਉੱਚੀਆਂ ਅਤੇ ਬਹੁਤ ਹੀ ਹੈਰਾਨਕੁਨ ਕਿਲ੍ਹੇ ਦੇ ਗੇਟ ਹੈ ਵੇਖ ਲਓ ਤੁਸੀਂ ਨਜ਼ਰ ਆ ਰਹੇ ਨੇ ਅਤੇ ਕਿਲ੍ਹੇ ਦੀਆਂ ਦੀਵਾਰਾਂ ਬਹੁਤ ਹੀ ਉੱਚੀਆਂ ਨੇ ਅਤੇ ਅੱਗੇ ਇਹਦੇ ਬਹੁਤ ਹੀ ਜ਼ਿਆਦਾ ਜਿਹੜਾ ਨਾ ਰਸਤਾ ਅਤੇ ਬਹੁਤ ਹੀ ਜ਼ਿਆਦਾ ਰਕਬਾ ਇਹਦਾ ਇਹ ਵੇਖ ਲਓ ਤੁਸੀਂ ਜੈਸਾ ਕਿ ਬਹੁਤ ਹੀ ਅਜੀਬ ਕਿਸਮ ਦਾ ਅਤੇ ਬਹੁਤ ਹੀ ਪੁਰਾਣਾ ਪੱਥਰ ਲੱਗਾ ਹੈ ਨਜ਼ਰ ਆ ਰਹੇ ਨੇ ਤਵਾਨ ਜੀ ਰਤਾਸ ਕਿਲ੍ਹਾ ਦੇ ਜਿਹੜੇ ਗੇਟ ਸਨ ਗੇਟ ਨੇ ਜਨਾਬ ਬੜੇ ਅਜੀਬ ਅਜੀਬ ਨਾਮ ਨੇ ਤਲਾਕੀ ਗੇਟ ਲੰਗਰਹਾਨੀ ਗੇਟ ਕਬੂਲੀ ਗੇਟ ਸ਼ਿਆਹੀ ਗੇਟ ਸ਼ਾਹੀ ਗੇਟ ਗਧੇ ਵਾਲਾ ਗੇਟ ਇਸ ਤਰ੍ਹਾਂ ਕਰਕੇ ਨਾ ਬਹੁਤ ਬਹੁਤ ਜਿਹੜਾ ਨਾ ਅਜੀਬ ਨੇ ਹਵਸ ਗੇਟ ਵੀ ਜਿਹੜਾ ਨਾ ਇੱਕ ਨਾਮ ਹੈ ਇਹਦੇ ਵਿੱਚ
ਇਹ ਜੀ ਅੱਗੇ ਇਲਾਕਾ ਹੈ ਜਿੱਥੇ ਜੀ ਅਜਾਇਬ ਘਰ ਹੈ, ਆਵਾਮ ਅਜਾਇਬ ਘਰ ਵਿੱਚ ਆ ਜਾ ਰਹੀ ਹੈ ਅਤੇ ਮੈਂ ਓਪਨ ਵਿਊ ਲੈ ਰਿਹਾ ਆਵਾਮ ਕੈਸੇ ਆ ਜਾ ਰਹੀ ਹੈ ਅਤੇ ਇਹ ਰੋਡ ਜਿਹੜਾ ਨਾ ਅੱਗੇ ਬਹੁਤ ਹੀ ਜ਼ਿਆਦਾ ਕਿਲੇ ਦੇ ਅੰਦਰੂਨ ਰੋਡ ਹੈ, ਬਾਹਰ ਨਹੀਂ ਹੈ। ਲੇਕਿਨ ਇੱਥੇ ਲਿਖਿਆ ਸੀ ਕਿ ਤਕਰੀਬਨ 26-27 ਕਿਲੋਮੀਟਰ ਜਿਹੜਾ ਨਾ ਕਿਲੇ ਦੇ ਅੰਦਰ ਹੀ ਹੈ।